जी सत श्री अकाल, की हाल चाल सारिआं दा? ठीक ठाक जी, अहीं वी ठीक ठाक ही आं। लो जी इधर प्रभु भी आ गए। हेलो सत श्री अकाल, की हाल चाल सारिआं दा? हाँ जी, ते बाकी हाँ दस दईए भी आपां हजूर साहिब ही आए आ। हजूर साहिब आपां रुके आ, अपनी भूआ इत्थे रहिंदे 2005 तों, पक्के इत्थे रहिंदे आ। ਅਤੇ ਉਹਨਾਂ ਦਾ ਹੈ ਨਾ ਫਲੈਟ, ਉਹਨਾਂ ਨੇ ਜਿਸ ਤਰ੍ਹਾਂ ਲਿਆ, ਜਿਸ ਤਰ੍ਹਾਂ ਬਾਬਾ ਜੀ ਗੁਰਦੁਆਰੇ ਦੇ ਕੋਲ ਹੀ ਬਿਲਕੁਲ ਰਹਿੰਦੇ, ਜਿਹੜਾ ਮੇਨ ਗੁਰਦੁਆਰਾ ਹਜੂਰ ਸਾਹਿਬ ਹੈ ਨਾ ਆਪਣੇ, ਮਤਲਬ ਤੁਰ ਕੇ ਚਲੇ ਜਾਈਦਾ ਲਾਗੇ ਆ। ਅਤੇ ਸਾਰੇ ਜਣੇ ਪੁੱਛਣ ਡਿਆ ਸੀ ਵੀ ਤੁਸੀਂ ਕਿੱਦਾਂ ਆਏ ਹੈ ਨਾ। ਅਤੇ ਮਤਲਬ ਪਹਿਲਾਂ ਹਜੂਰ ਸਾਹਿਬ ਦਾ ਬੜਾ ਉਹ ਹੁੰਦਾ ਸੀ ਨਾ ਕਿ ਤੁਹਾਨੂੰ ਅੰਮ੍ਰਿਤਸਰੋਂ ਫਲਾਈਟ ਲੈਣੀ ਪੈਂਦੀ, ਉਹਦੇ ਸਟੇਅ ਵੀ ਬੜੇ ਹੁੰਦੇ ਸੀ। ਅਤੇ ਕਈ ਵਾਰ ਟ੍ਰੇਨ ਸਟੇਅ ਉਹਦਾ ਹੈਗਾ ਸੀ ਅੰਮ੍ਰਿਤਸਰ ਵਾਲੀ ਦਾ, ਵਾ ਇੱਧਰੋਂ ਹੈਦਰਾਬਾਦ, ਹੈਦਰਾਬਾਦ ਸਟੇ ਨਹੀਂ, ਹੈਦਰਾਬਾਦ ਤੱਕ ਹੀ ਆਉਂਦੀ ਸੀ। ਹਾਂ ਸੱਚ, ਹਾਂ ਆਉਂਦੀ ਹੈਦਰਾਬਾਦ ਤੱਕ ਹੀ, ਜਿਹੜੀ ਅੰਮ੍ਰਿਤਸਰ ਚੱਲਦੀ ਸੀ ਨਾ ਉਹ ਹੈਦਰਾ ਸਾਹਿਬ, ਉਹ ਸੋਰੀ ਹੈਦਰਾਬਾਦ ਤੱਕ ਆਉਂਦੀ। ਉਹ ਤੋਂ ਬਾਅਦ ਤੁਹਾਨੂੰ ਮੇਰੇ ਖਿਆਲ ਨਾਲ ਟ੍ਰੇਨ ਲੈਣੀ ਪੈਂਦੀ ਸੀ, ਉਹ ਤੋਂ ਬਾਅਦ ਜਾਂ ਆਪਣੀ ਟੈਕਸੀ, ਟ੍ਰੇਨ ਲੈ ਲਓ, ਬੱਸ ਲੈ ਲਓ, ਕੁਛ ਵੀ। 7 ਘੰਟੇ ਦਾ ਰਾਹ ਆ, 7 ਘੰਟੇ ਦਾ ਰਾਹ ਸੀ। ਤੇ ਉਹ ਦਿਨ ਬੜਾ ਨਿਕਲ ਜਾਂਦਾ ਜੇ ਤੁਸੀਂ ਟ੍ਰੇਨ ਤੇ ਵੀ ਆਉਂਦੇ। ਅੰਦਰ ਆਣ ਕੇ ਬਣਾਉਣੇ ਮੜਾ, ਅੰਦਰ ਆ ਜਾਣਾ, ਗਰਮੀ ਲੱਗਣ ਦੀ ਇੱਥੇ। ਉਹਨਾਂ ਤੋਂ ਮੈਨੂੰ ਕਰਨੀ ਨਹੀਂ ਹੁੰਦੀ, ਮੈਂ ਚੈੱਕ ਜ਼ਰੂਰ ਕਰ ਲੈਂਦਾ ਸੀ ਇੱਕ ਮੇਕ ਮਾਈ ਟ੍ਰਿਪ ਐਪ ਤੋਂ, ਚੈੱਕ ਹੋ ਜਾਂਦੀ ਆ ਟਿਕਟ ਕੋਈ ਕਿੰਨੇ ਦੀ ਆ, ਅਤੇ ਮਹੀਨੇ ਤੁਸੀਂ ਕੈਲੰਡਰ ਤੋਂ ਸਿਲੈਕਟ ਕਰ ਲੈਣੀ ਡੇਟ ਵੀ ਕਿੰਨੇ, ਮਤਲਬ ਤੁਹਾਨੂੰ ਸਭ ਵੀ ਪਤਾ ਲੱਗ ਜਾਣਾ ਜਦੋਂ ਤੁਸੀਂ ਐਪ ਭਰੋਗੇ। ਕੈਲੰਡਰ ਤੋਂ ਡੇਟ ਸਿਲੈਕਟ ਕਰਕੇ ਨਾ ਤੁਸੀਂ ਵੇਖ ਲੈਣਾ ਆ ਕਿ ਕਿਹੜੀ ਤਰੀਕ ਨੂੰ ਆਪਾਂ ਜਾਣਾ ਆ, ਉਹ ਤਰੀਕ ਵੇਖ ਲੈਣੀ। ਉੱਥੇ ਥੱਲੇ ਥੱਲੇ ਨਾਲ ਦੀ ਨਾਲ ਹੀ ਟਿਕਟ ਦਾ ਜਿਹੜਾ ਉਹ ਸ਼ੋਅ ਹੋਣ ਡਿਆ ਹੁੰਦਾ ਸਾਰਾ, ਸਾਡੀ ਟਿਕਟ ਆ ਉਹ ਸਾਨੂੰ ਪਹਿਲਾਂ ਤੇ ਅਸੀਂ ਨਾ ਕਰਾਉਣ ਲੱਗੇ ਸੀ 6 ਤਰੀਕ ਦੀ, ਤੇ 6 ਤਰੀਕ ਦੀ ਨਾ ਮੈਂ ਥੋੜੇ ਦਿਨ ਪਹਿਲਾਂ ਚੈੱਕ ਕੀਤੀ ਤੇ 5-6 ਹਜ਼ਾਰ ਦੀ, ਸਿਰਫ 6 ਹਜ਼ਾਰ ਦੀ ਫਲੈਟ ਦੀ, ਸਾਰਾ ਟੋਟਲ ਪਾ ਕੇ 6 ਹਜ਼ਾਰ ਦੀ ਆਪਣੇ ਏਅਰ ਸਟਾਰ ਏਅਰ ਫਲੈਟ ਦੀ। ਤੇ ਉਹ ਇਹੀ ਬਾਅਦ ਚ ਨਾ 2-1-2 ਤਰੀਕ ਨੂੰ ਚੈੱਕ ਕੀਤੀ ਤੇ ਉਹ ਹੀ 22 ਹਜ਼ਾਰ ਦੀ, ਮਤਲਬ 1-2 ਤਰੀਕ ਮੈਂ 29 ਨੂੰ ਚੈੱਕ ਕੀਤੀ ਤੇ 1-2 ਨੂੰ ਫਿਰ 1 ਤਰੀਕ ਨੂੰ ਚੈੱਕ ਕੀਤੀ ਆ 5-6 ਦੀ, ਮਤਲਬ 2 ਦੀ ਕਰਾ ਲਈ। ਤੇ ਫਿਰ ਕੀ ਹੋਇਆ ਕਿ ਫਿਰ ਚਲੋ ਏਦਾਂ ਟਿਕਟਾਂ ਵੱਧਦੀਆਂ ਜਾਂਦੀਆਂ, ਜਦੋਂ 2 ਦਿਨ ਲੱਗ ਜਾਂਦੇ ਟਿਕਟਾਂ ਵੱਧਦੀਆਂ ਜਾਂਦੀਆਂ, ਫਿਰ ਉਹ ਆਪਾਂ ਕਰਾ ਲਈ। ਉਹ ਸਾਨੂੰ ਇਹ ਵਾਲੀ ਟਿਕਟ ਪਈ ਸਾਨੂੰ 11-11.5 ਹਜ਼ਾਰ 'ਚ ਇੱਕ ਜਣੇ ਦੀ, ਤੇ GST ਪਾ ਕੇ 11,700 ਰੁਪਏ ਇੱਕ ਜਣੇ ਦੀ ਪੈ ਗਈ, ਮਤਲਬ ਆਪਣੇ ਦੋਨਾਂ ਦਾ 24,000 ਰੁਪਇਆ ਇਕੱਲੇ ਇਕੱਲੇ ਦੀ, ਸਿਰਫ ਜਾਂ ਆਉਣ ਆਉਣ ਦੀ, ਇਕੱਲੇ ਇਕੱਲੇ ਦੀ ਆਉਣ ਆਉਣ ਅਪ ਡਾਊਨ ਨਹੀਂ, ਇਕੱਲੀ ਇੱਕ ਪਾਸੇ ਦੀ, ਮਤਲਬ ਆਉਣ ਦੀ। ਮਤਲਬ ਜੇ ਤੁਸੀਂ ਤੁਸੀਂ ਕਹਿੰਦੇ ਵੀ ਤੁਸੀਂ ਆਦਮਪੁਰ ਤੋਂ ਕਿਉਂ ਗਏ, ਅਸੀਂ ਬੇਸਿਕਲੀ ਤੁਹਾਨੂੰ ਪਤਾ ਹੁਣ ਗੁਰਦਾਸਪੁਰ ਤੇ ਆ, ਗੁਰਦਾਸਪੁਰ ਤੋਂ ਸਾਨੂੰ ਥੋੜਾ ਹੀ ਪੈਂਦਾ ਆਦਮਪੁਰ, ਜਲੰਧਰ ਤੁਹਾਨੂੰ ਪਤਾ ਹੀ। ਹਾਂ, ਤੇ ਆਦਮਪੁਰ ਹੁਸ਼ਿਆਰਪੁਰ ਰੋਡ ਤੇ ਆ, ਇੱਥੋਂ ਤੁਸੀਂ ਹਜੂਰ ਸਾਹਿਬ ਜਾਣਾ ਸਭ ਨੂੰ ਸੌਖਾ। ਜਿਹੜੇ ਕਹਿੰਦੇ ਨਾ ਅੰਮ੍ਰਿਤਸਰ ਰਾਹੀਂ ਕਿੱਦਾਂ ਜਾਈਏ, ਅੰਮ੍ਰਿਤਸਰ ਰਾਹੀਂ ਤੁਸੀਂ ਨਾ ਜਾਓ ਹਜੂਰ ਸਾਹਿਬ, ਠੀਕ ਆ। ਜੇ ਤੁਸੀਂ ਆਦਮਪੁਰ ਤੋਂ ਜਾਂਦੇ ਜੇ ਨਾ, ਤੇ ਆਦਮਪੁਰ ਤੋਂ ਸਿੱਧੇ ਹੀ ਤੁਹਾਨੂੰ ਹਜੂਰ ਸਾਹਿਬ ਤਾਰਨਾ ਉਹਨਾਂ ਨੇ, ਕਿਤੇ ਬਸ ਦਿੱਲੀ ਗਾਜ਼ੀਆਬਾਦ ਆ, ਗਾਜ਼ੀਆਬਾਦ ਵਿੱਚ ਸਟੇ ਆਪਣਾ 25 ਮਿੰਟ ਦਾ, ਉਸ ਤੋਂ ਬਾਅਦ ਸਿੱਧਾ ਨਦੇੜ ਉਤਰਨਾ ਤੁਸੀਂ ਜਾ ਕੇ। ਤੇ ਜਿਹੜੀ ਅੰਮ੍ਰਿਤਸਰ ਦੀ ਤੁਸੀਂ ਕਹਿਣ ਡੇ, ਅੰਮ੍ਰਿਤਸਰ ਦੀ ਫਲੈਟ ਦਾ ਇੱਦਾਂ ਵਾ ਕਿ ਅੰਮ੍ਰਿਤਸਰ ਤੁਹਾਨੂੰ ਅੰਮ੍ਰਿਤਸਰ ਤੁਸੀਂ ਚੜੋਗੇ ਤੁਹਾਨੂੰ ਘੁੰਮ ਕੇ ਬਹੁਤ ਆਉਣਾ ਪੈਣਾ ਵਾ, ਬੰਬੇ ਵੱਲ ਸਾਡਾ ਹੈਦਰਾਬਾਦ ਆਉਣ ਕੇ ਤਾਂ ਫਿਰ ਉਤਰਨੀ ਹੈ ਤੁਹਾਨੂੰ, ਹੈਦਰਾਬਾਦ ਤੋਂ ਫਿਰ ਹਜੂਰ ਸਾਹਿਬ ਜੇ ਆਉਣਾ ਤੁਹਾਨੂੰ 8-9 ਘੰਟੇ ਲੱਗਣੇ ਆ, ਜੇ ਤੁਸੀਂ ਬਾਏ ਬੱਸ ਵੀ ਆਓਗੇ ਜਾਂ ਟ੍ਰੇਨ ਆਓਗੇ 8-9 ਘੰਟੇ ਲੱਗਣੇ ਫਿਰ। ਤੇ ਇਹ ਤੋਂ ਚੰਗਾ ਤੁਸੀਂ ਉੱਥੋਂ ਆ ਜਾਓ, ਆਦਮਪੁਰ ਤੋਂ ਸਿੱਧਾ ਨਦੇੜ, 25 ਮਿੰਟ ਦਾ ਸਟਾਕ, ਟੋਟਲ ਨੂੰ 4.5 ਘੰਟੇ ਲੱਗੇ ਆ। ਤੇ ਟਿਕਟ ਤਾਂ ਮੈਂ ਤੁਹਾਨੂੰ ਦੱਸਤਾ, ਆਪਣੇ ਟਿਕਟ ਦਾ ਡੇਟ ਹੁਣ 6,000 ਦੀ ਵੀ ਹੈਗੀ ਆ, ਤੇ 7 ਦੀ ਵੀ 8 ਦੀ ਵੀ 10 ਦੀ ਤਾਂ ਡੇਟ ਵਜੇ ਹੈਗੀਆਂ ਵਾ ਟਿਕਟਾਂ। ਤੇ ਗਈ ਰਹੀ ਗੱਲ ਵੇਟ ਦੀ, ਵੇਟ ਦੇ ਵਿੱਚ ਇਹ ਕਿ 15 ਕੇਜੀ ਤੁਸੀਂ ਪਰ ਪਰਸਨ 15 ਕੇਜੀ ਜਿਹੜਾ ਮੈਂ 15 ਕੇਜੀ ਲੈ ਗਈ, 15
ਤੇ ਹੈਂਡ ਕੈਰੀ ਜਿਹੜਾ 7-7 ਕਿਲੋ ਤੇ ਜਿਹੜਾ ਤੁਹਾਡਾ ਪਰਸ ਅਲੱਗ ਹੁੰਦਾ ਹੈ ਉਹਦਾ ਕੋਈ ਨਹੀਂ ਤੁਸੀਂ ਜੇ ਮੈਂ ਆਪਣਾ ਲੈ ਕੇ ਆਸਾਂ ਜਿਹੜਾ ਉਹ ਤੁਹਾਡਾ ਕੋਈ ਨਹੀਂ ਆ ਬਾਕੀ ਇਹ ਆ ਕਿ ਇਹ ਚੀਜ਼ ਦਾ ਇੰਨਾ ਧਿਆਨ ਰੱਖਣਾ ਬਸ ਵੇਟ ਨਾ ਵੱਧ ਹੋਵੇ ਤੁਹਾਨੂੰ ਏਅਰਪੋਰਟ ਤੇ ਇਹ ਮੁਸ਼ਕਲ ਨਾ ਹੋਵੇ ਕਿ ਵੇਟ ਨੂੰ ਕਰੀਏ ਕਿ ਕਿਹੜੀ ਚੀਜ਼ ਗੱਡੀ ਕਿਹੜੀ ਨਾ ਗੱਡੀ ਠੀਕ ਆ ਇਹ ਚੀਜ਼ ਹੁੰਦੀ ਆ ਬਾਕੀ ਲਿਕੁਇਡ ਤੁਸੀਂ ਅੰਦਰ ਪਾਣੀ ਵਗੈਰਾ ਖੜ ਸਕਦੇ ਹੋ ਤੇ ਇਹਦੇ ਵਿੱਚ ਮੀਲ ਨਹੀਂ ਹੈਗੀ ਕੋਈ ਵੀ ਤੁਹਾਨੂੰ ਅੰਦਰ ਪਾਣੀ ਬੋਟਲ ਕੁਝ ਨਹੀਂ ਮਿਲਣਾ ਹੈਗਾ ਤੇ ਸਿਰਫ ਤੁਹਾਨੂੰ ਲੈਣਾ ਤੇ ਤੁਹਾਨੂੰ ਪੈਸੇ ਦੇ ਕੇ ਲੈਣਾ ਪੈਣਾ ਪਰ ਬਹੁਤ ਮਹਿੰਗਾ ਇੱਕ ਜਿਹੜੀ ਛੋਟੀ ਜਿਹੀ ਕੌਫੀ ਹੈ ਨਾ ਉਹ ਵੀ 150 ਦੀ ਹੈ ਅਸੀਂ ਚੌਲ ਲਏ ਸੀ 300 ਦੇ ਇੰਨੇ ਕ ਇਹਦੇ ਨਾਲੋਂ ਚੰਗਾ ਤੁਸੀਂ ਰੱਜ ਰੁੱਜ ਕੇ ਆਓ ਤੇ ਵਿੱਚ ਤੁਸੀਂ ਕਾਫੀ ਵਗੈਰਾ ਪੀ ਲਓ ਤੇ ਵਧੀਆ ਗੱਲ ਹੈ ਕਿਉਂਕਿ ਮੈਂ ਤੇ ਪ੍ਰਭ ਨੇ ਮਤਲਬ 600 ਦਾ ਖਾਦਾ ਸੀ ਤੇ ਯਾਰ ਦੇਖੋ ਤੁਹਾਨੂੰ ਪਤਾ ਆਪਣਾ ਹਿਸਾਬ ਕਿਤਾਬ ਪਤਾ ਇਦਾਂ ਦਾ ਹੀ ਹੁੰਦਾ ਕਿ ਇੰਨੀ ਮੈਂ ਇੰਨੀ ਕਿ ਟਿਕਟ ਵੀ ਕਰਾਉਂਦੇ ਆਪਾਂ ਪਰ ਚਲੋ ਇਹ ਨਹੀਂ ਦਿੰਦੇ ਕਿਉਂਕਿ ਇਹ ਤੁਹਾਨੂੰ ਪਤਾ ਡੋਮੈਸਟਿਕ ਫਲਾਈਟਸ ਹੁੰਦੀਆਂ ਵਾ ਆਪਣੇ ਇੰਡੀਆ ਵਿੱਚ ਰਹਿਣੀਆਂ ਇੰਨਾ ਕੁ ਸਫ਼ਰ ਤੇ ਆਪਾਂ ਉਦਾਂ ਵੀ ਤੈਅ ਕਰ ਹੀ ਜਾਂਦੇ ਬਿਨਾਂ ਖਾਦੇ ਤੋਂ ਤੇ ਭਾਵੇਂ ਤੁਸੀਂ ਇੱਦਾਂ ਕਰ ਲਓ ਹਾਂ ਜੇ ਸੌਖਾ ਰਾਹ ਦੱਸਣਾ ਮੈਂ ਮੇਰੀ ਵਿੱਚੇ ਗੱਲ ਰਹਿ ਗਈ ਜੇ ਸੌਖਾ ਰਾਹ ਵਾ ਤਾਂ ਸੌਖਾ ਰਾਹ ਆਦਮਪੁਰ ਤੋਂ ਹੀ ਆ ਕਿਉਂਕਿ ਤੁਹਾਨੂੰ ਕੋਈ ਵੀ ਤੁਹਾਨੂੰ ਦਿੱਕਤ ਨਹੀਂ ਆਉਣੀ ਤੁਸੀਂ ਆਰਾਮ ਨਾਲ ਤੁਸੀਂ ਬਿਨਾਂ ਥਕਾਵਟ ਤੋਂ ਇੱਥੇ ਪਹੁੰਚ ਸਕਦੇ ਜੇ ਬਿਨਾਂ ਥਕਾਵਟ ਤੋਂ ਬਾਕੀ ਇੱਥੇ ਚਲੋ ਬਾਬਾ ਜੀ ਨੇ ਕਾਫੀ ਬਣਾਏ ਹੋਏ ਆ ਰੂਮ ਮਿਲਦੇ ਆ 500 ਦੇ ਵੀ ਮਿਲਦੇ ਆ 800 ਤੱਕ ਵੀ ਮਿਲਦੇ ਆ ਮਤਲਬ ਏਸੀ ਰੂਮ ਇੱਥੇ ਕਿਸੇ ਨੂੰ ਦਿੱਕਤ ਨਹੀਂ ਆਉਂਦੀ ਹੈਗੀ ਵੀ ਅਸੀਂ ਵੀ ਕਿੱਦਾਂ ਰੂਮ ਲਵਾਂਗੇ ਕਿੱਦਾਂ ਰਵਾਂਗੇ ਕਿੱਦਾਂ ਕੁਛ ਨਹੀਂ ਇੱਥੇ ਦਿੱਕਤ ਹੈਗੀ ਫਲੈਟ ਵਾਧੂ ਆ ਰੂਮ ਵਾਧੂ ਆ ਜਿੱਦਾਂ ਮਰਜ਼ੀ ਆਓ ਆਰਾਮ ਨਾਲ ਰਹੋ ਬਾਬਾ ਜੀ ਦੇ ਦਰਸ਼ਨ ਕਰੋ ਸਾਰੇ ਗੁਰਦੁਆਰੇ ਘੁੰਮੋ ਕੋਈ ਦਿੱਕਤ ਨਹੀਂ ਹੈਗੀ ਇਹ ਗੱਲ ਹੋ ਜਾਂਦੀ ਆ ਅਤੇ ਪਰ ਇੱਕ ਗੱਲ ਆ ਕਈ ਵਾਰੀ ਫਲੈਟ ਲੇਟ ਵੀ ਹੋ ਜਾਂਦੀ ਆ ਜਿਸ ਤਰ੍ਹਾਂ ਮੰਨ ਲਓ ਵੀ ਸਾਡੀ 12:50 ਦੀ ਸੀ ਅਤੇ 1:30 ਵਜੇ ਜਾ ਕੇ ਜਹਾਜ਼ ਆਇਆ ਅਤੇ 1:30 ਵਜੇ ਹੀ ਬੈਠੀ ਸਫ਼ਰ ਅਸੀਂ ਤੈਅ ਕੀਤਾ ਵਾ ਸਿਰਫ ਤੁਹਾਨੂੰ ਪਤਾ ਇੱਕ ਸਟੇਅ ਦੀ ਕੋਈ ਗੱਲ ਨਹੀਂ ਹੁੰਦੀ ਬਸ ਇੰਨਾ ਮੇਨ ਆ ਵੀ ਤੁਹਾਨੂੰ ਕੋਈ ਜਹਾਜ਼ ਨਹੀਂ ਬਦਲਣਾ ਪੈਣਾ ਜਹਾਜ਼ ਜਿਹੜਾ ਤੁਹਾਨੂੰ ਲੈ ਕੇ ਜਾਣਾ ਹੈ ਉਹਨੇ ਤੁਹਾਨੂੰ ਛੱਡਣਾ ਹੈ ਉਹ ਇੱਕ ਹੀ ਜਹਾਜ਼ ਆ ਜਿਹੜਾ ਇੱਥੇ ਆਉਂਦਾ ਆ ਵੈਸੇ ਉਹ ਬੇਸਿਕਲੀ ਬੈਂਗਲੌਰ ਤੱਕ ਜਾਂਦਾ ਜਹਾਜ਼ ਅਸੀਂ ਉਹਨਾਂ ਕੋਲ ਪੁੱਛਿਆ ਸੀ ਮੈਂ ਕਿਹਾ ਵੀ ਕਿੱਥੋਂ ਤੱਕ ਜਾਂਦਾ ਆ ਅਤੇ ਕਹਿੰਦੇ ਵੀ ਬੈਂਗਲੌਰ ਤੱਕ ਜਾਂਦਾ ਆ ਅਤੇ ਮਤਲਬ ਬੜਾ ਵਧੀਆ ਸਿਸਟਮ ਸਫ਼ਰ ਬਹੁਤ ਵਧੀਆ ਰਿਹਾ ਵਾ ਇਹ ਹੈ ਪਰ ਇੱਕ ਗੱਲ ਹੈ ਜੇ ਤੁਸੀਂ ਟ੍ਰੇਨ 'ਤੇ ਬਹਿਗੋ ਤੁਹਾਡਾ ਖਰਚਾ ਫਿਰ ਵੀ ਇੰਨਾ ਕੁ ਹੋਣਾ ਇਹ ਹੈ ਵੀ ਜੇ ਤੁਸੀਂ ਆਉਣਾ ਨਾ ਤੁਹਾਨੂੰ ਘੱਟੋ ਘੱਟ 10-3 ਪਹਿਲਾਂ ਟਿਕਟ ਬੁੱਕ ਮੈਂ ਤੁਹਾਨੂੰ ਮੇਨ ਗੱਲ ਦੱਸਣੀ ਸੀ ਮੇਨ ਗੱਲ ਤਾਂ ਮੇਰੀ ਰਹਿ ਗਈ ਮੇਨ ਗੱਲ ਇਹ ਆ ਕਿ ਜਹਾਜ਼ ਦੀਆਂ ਟਿਕਟਾਂ ਜਦੋਂ ਤੁਸੀਂ ਕਰਵਾਉਂਦੇ ਜੇ ਨਾ ਹੁਣ ਮੰਨ ਲਓ ਕਿ ਜੇ ਤੁਸੀਂ ਇੱਕ 5 ਦੀ ਫਲਾਈਟ ਤੁਸੀਂ 1 ਨੂੰ ਕਰਾਉਣ ਡੇ ਜੇ ਤੁਹਾਨੂੰ ਟਿਕਟ ਬੜੀ ਮਹਿੰਗੀ ਪੈਣੀ ਆ ਕਿਉਂਕਿ ਦਿਨ ਬ ਦਿਨ ਟਿਕਟਾਂ ਵੱਧਦੀਆਂ ਰਹਿੰਦੀਆਂ ਹੁਣ ਜਿਹੜੀ ਅਸੀਂ 11,000 ਦੀ ਕਰਾਈ ਨਾ ਅਸੀਂ ਉਹੀ ਅਗਲੇ ਦਿਨ ਵੇਖੀ ਅਤੇ ਉਹ 23,000 ਦੀ ਹੋ ਗਈ ਸੀ ਮਤਲਬ ਜਿਉਂ ਜਿਉਂ ਦਿਨ ਲੱਗ ਕੇ ਆਈ ਜਾਂਦੇ ਨਾ ਫਿਰ ਰੇਟ ਵਧਾਈ ਜਾਂਦੇ ਆ ਮੰਨ ਲਓ ਤੁਸੀਂ 10 ਤਰੀਕ ਨੂੰ ਜੇ ਜਾਣਾ ਆ ਨਾ 1 ਤਰੀਕ ਨੂੰ ਟਿਕਟ ਕਰਾਓ ਤੁਹਾਨੂੰ 6,000 ਦੀ ਵੀ ਮਿਲ ਸਕਦੀ 4,500 ਦੀ ਵੀ ਮਿਲ ਸਕਦੀ ਆ ਹਾਂ ਇੰਨੇ ਕੁ ਤੱਕ ਤੁਹਾਨੂੰ ਮਿਲ ਜਾਣੀ ਆ ਤੇ ਬਾਕੀ ਇੱਕ ਆਈਡੀ ਸਾਰੇ ਪੁੱਛਣ ਡੇ ਕਿ ਪ੍ਰੂਫ ਕੀ ਲੱਗਾ ਪ੍ਰੂਫ ਪਾਸਪੋਰਟ ਨਹੀਂ ਲੱਗਦਾ ਪ੍ਰੂਫ ਹੈ ਕਿ ਆਪਣੀ ਸੇਫਟੀ ਲਈ ਤੁਸੀਂ ਪਾਸਪੋਰਟ ਕੱਢ ਸਕਦੇ ਹੋ ਵੈਸੇ ਪਾਸਪੋਰਟ ਨਹੀਂ ਲੱਗਦਾ ਉਹਦੇ 'ਚ ਆਧਾਰ ਕਾਰਡ ਲੱਗਦਾ ਜੇ ਟਿਕਟਾਂ ਟੁਕਟਾਂ ਬੁੱਕ ਕਰਾਉਣੀਆਂ ਵਾ 1 ਮਿੰਟ ਨਾ ਲੰਘਾ ਦੋ ਚਲੋ ਤੇ ਕੀ ਗੱਲ ਕਰਨ ਡਿਆ ਮੈਂ ਹਾਂ ਪ੍ਰੂਫ ਦੀ ਪ੍ਰੂਫ ਆਧਾਰ ਕਾਰਡ ਲੱਗਣਾ ਬਾਕੀ ਕਹਿੰਦੇ ਤੁਸੀਂ ਟਿਕਟਾਂ ਕਿੱਦਾਂ ਕਰੀਆਂ ਟਿਕਟਾਂ ਤੁਹਾਡੇ ਨੇੜਲੇ ਜਿੱਥੋਂ ਮਤਲਬ ਤੁਸੀਂ ਇੰਟਰਨੈਸ਼ਨਲ ਟਿਕਟਾਂ ਕਰਾਉਂਦੇ ਹੋ ਨਾ ਉੱਥੋਂ ਹੀ ਹੋ ਜਾਣੀਆਂ ਮੈਂ ਉੱਥੋਂ ਹੀ ਕਰਵਾਈਆਂ ਮੈਂ ਆਪ ਨਹੀਂ ਕੀਤੀਆਂ ਟਿਕਟਾਂ ਮੈਂ ਸਾਰੀਆਂ ਉਹਨਾਂ ਕੋਲ ਉਹਨੂੰ ਡਿਟੇਲ ਦੇ ਦਿੱਤੀ ਆ ਵੀ 19 ਤਰੀਕ ਆਪਣਾ ਆਧਾਰ ਕਾਰਡ ਭੇਜ ਦਿਓ ਦੋਨੋਂ ਸਾਈਡ ਤੋਂ ਉਹਨਾਂ ਤੁਹਾਡੇ ਟਿਕਟ ਕਰਕੇ PDF ਭੇਜ ਕੇ ਤੁਹਾਨੂੰ ਪ੍ਰਿੰਟ ਆਊਟ ਕਢਾ ਕੇ ਤੁਸੀਂ ਆਰਾਮ ਨਾਲ ਉਹੀ ਚੈੱਕ ਕਰਵਾਉਣਾ ਬਸ ਉੱਥੇ ਅਤੇ ਤੁਹਾਨੂੰ ਬੋਰਡਿੰਗ ਪਾਸ ਮਿਲ ਜਾਣੇ ਆ ਬੋਰਡਿੰਗ ਪਾਸ ਤਾਂ ਕਿ ਤੁਸੀਂ ਵਲੌਗ ਵੇਖਿਆ ਹੀ ਆ ਸਟੈਪ ਬਾਈ ਸਟੈਪ ਇੱਥੇ ਬਸ ਅਤੇ ਮਤਲਬ ਮੇਨ ਗੱਲ ਇਹ ਆ ਵੀ ਜਿੱਥੋਂ ਟਿਕਟਾਂ ਹੁੰਦੀਆਂ ਨਾ ਉੱਥੋਂ ਤੁਸੀਂ ਟਿਕਟਾਂ ਕਰਵਾ ਲੈਣੀਆਂ ਠੀਕ ਆ ਤੁਹਾਨੂੰ ਕੋਈ ਵੀ ਭੰਬਲ ਭੂਸੇ 'ਚ ਪੈਣ ਦੀ ਲੋੜ ਨਹੀਂ ਆ ਵੀ ਅਸੀਂ ਔਨਲਾਈਨ ਕਰਵਾ ਸਕਦੇ ਤੁਸੀਂ ਜੇ ਨੌਲੇਜ ਆ ਤਾਂ ਔਨਲਾਈਨ ਕਰਵਾ ਸਕਦੇ ਜੇ ਅਸੀਂ ਤਾਂ ਬਸ ਔਨਲਾਈਨ ਰੇਟ ਹੀ ਵੇਖੀ ਕਿੰਨੇ ਕਿਉਂਕਿ ਕਈ ਵਾਰੀ ਤੁਹਾਨੂੰ ਪਤਾ ਜਿੱਥੋਂ ਟਿਕਟਾਂ ਕਰਾਈਏ ਉਹ ਵੀ ਕਹਿ ਦਿੰਦੇ ਵੀ ਇੰਨੇ ਦੀਆਂ ਪਰ ਇਹਦੇ ਨਾਲੋਂ ਚੰਗਾ ਹੈ ਕਿ ਕਿਸੇ ਬੰਦੇ ਨੂੰ ਇਹ ਕਹਿਣ ਦੀ ਲੋੜ ਨਾ ਪਵੇ ਉਹਨਾਂ ਨੇ ਫੀਸ ਤਾਂ ਲੈਣੀ ਆ ਪਰ ਕੋਈ ਇਹ ਨਾ ਕਹੇ ਕਿ ਇਹ ਇੰਨੇ ਦੀ ਆ ਇਸ ਕਰਕੇ ਮੇਕ ਮਾਈ ਟ੍ਰਿਪ 'ਤੇ ਤੁਸੀਂ ਪਹਿਲਾਂ ਆਦਮਪੁਰ ਟੂ ਹਜ਼ੂਰ ਸਾਹਿਬ ਜਾਂ ਨਾਂਦੇੜ ਭਰ ਕੇ ਤੁਸੀਂ ਵੇਖ ਲੈਣਾ ਵੀ ਕਿਹੜੀ ਡੇਟ ਦੀ ਹਾਂ ਨਾਂਦੇੜ ਭਰਿਓ ਠੀਕ ਆ ਕਿਹੜੀ ਡੇਟ ਦੀ ਕਿੰਨੀ ਕਿੰਨੀ ਟਿਕਟ ਮਿਲਣ ਡਈ ਆ ਜਿਹੜੀ ਤਰੀਕ ਦੀ ਸਸਤੀ ਮਿਲਣ ਡਈ ਹੋਈ ਨਾ ਜਿੰਨੇ ਦਿਨ ਪਹਿਲਾਂ ਤੁਸੀਂ ਜਾਣਾ ਕਰਵਾ ਲਓ ਹੁਣ ਮੰਨ ਲਓ ਕਿ ਜਿੱਦਾਂ ਸਾਨੂੰ ਅਸੀਂ ਬੜਾ ਗਲਤ ਕੰਮ ਕੀਤਾ ਅਸੀਂ ਨਾ 7 ਤਰੀਕ ਦੀ ਅਸੀਂ ਮੌਕੇ 'ਤੇ ਕਰਵਾਈਆਂ ਸਾਨੂੰ ਤਾਂ ਇੰਨੀਆਂ ਮਹਿੰਗੀਆਂ ਮਿਲੀਆਂ ਅਸੀਂ ਅਸਲ ਵਿੱਚ ਪਹਿਲਾਂ ਸੋਚਿਆ ਸੀ ਵੀ ਅਸੀਂ 7 ਨੂੰ ਕਰਵਾਉਣੀ ਹੈ ਅਤੇ 7 ਨੂੰ ਇੱਦਾਂ ਸਾਡਾ ਕੰਮ ਬਣਿਆ ਵੀ ਉਹ ਅਸੀਂ ਕਿ ਵੀ ਇਗਨੋਰ ਮਾਰਤਾ ਵੀ ਚੱਲ ਕੋਈ ਗੱਲ ਨਹੀਂ ਕਰਾ ਲੈਂਦੇ
7 ਦੀ ਟਿਕਟ ਬੜੀ ਸਸਤੀ ਸੀ ਕਿੰਨੇ ਦੀ ਮਿਲਦੀ ਸੀ ਉਦੋਂ ਮਿਲਦੀ ਸੀ 4 5000 ਦੀ 5000 ਦੀ ਕੋਲ ਬਣਾ ਕੇ ਤੇ ਸਾਡੇ ਕੋਲ ਇੰਨੀ ਵੱਡੀ ਗਲਤੀ ਹੋਈ ਅਸੀਂ ਕਿਹਾ ਚਲ ਕਰਵਾ ਲੈਨੇ ਬਾਅਦ ਚ ਇੰਨੀਆਂ ਟਿਕਟਾਂ ਹੋ ਗਿਆ ਵੀ ਮੈਂ ਫਲੈਟ ਫੁੱਲ ਹੋ ਗਈ ਤੇ ਉਹ ਟਿਕਟਾਂ ਹੀ ਉਦੋਂ ਦੀਆਂ ਬੰਦ ਹੋ ਗਈਆਂ ਫਿਰ ਹਾਰ ਕੇ ਅਸੀਂ ਐਮਰਜੈਂਸੀ 2 ਤਰੀਕ ਦੀ ਕਰਵਾਈ ਫਿਰ ਸਾਨੂੰ ਇੰਨੀ ਮਹਿੰਗੀ ਪਈ ਪਰ ਤੁਸੀਂ ਇਹ ਗਲਤੀ ਨਾ ਕਰਿਓ ਤੁਸੀਂ ਜੇ 10 ਨੂੰ ਜਾਣਾ ਤੁਸੀਂ 1 ਨੂੰ ਟਿਕਟ ਕਰਾਓ ਤੁਹਾਨੂੰ 5 ਸਸਤੀ ਮਿਲਣੀ ਹੈ 5 ਸਸਤੀ ਮਿਲਣੀ ਜੇ 15 ਦਿਨ ਪਹਿਲਾਂ ਕਰਵਾ ਲਓ 15 ਦਿਨ ਪਹਿਲਾਂ ਬਾਕੀ ਤੁਸੀਂ ਚੈੱਕ ਜ਼ਰੂਰ ਕਰਦੇ ਰਹੋ ਨਾਲ ਨਾਲ ਤੁਹਾਨੂੰ ਆਪੀ ਥੱਲੇ ਰੇਟ ਆਏ ਨੇ ਕਿਹੜੀ ਤਰੀਕ ਦੀ ਕਿੰਨੀ ਟਿਕਟ ਆ ਉਹ ਤੁਸੀਂ ਟਾਈਮ ਨਾਲ ਕਰਾਓਗੇ ਤੇ ਜ਼ਿਆਦਾ ਵਧੀਆ ਜੇ ਤੁਸੀਂ ਚਾਹੁੰਦੇ ਨੇ ਕਿਉਂਕਿ ਤੁਹਾਨੂੰ ਪਤਾ ਟ੍ਰੇਨ ਦੀ ਟਿਕਟ ਵੀ ਇੰਨੀ ਕੁ ਮਿਲਦੀ ਹੁਣ ਦੱਸਣ ਦੇ 4000 ਦੀ 3500 ਦੀ ਤੇ ਉਹੀ 1000 ਵੱਧ ਪਾਓ ਤੇ ਇੰਨਾ ਇੰਨਾ ਸਫ਼ਰ ਤੈਅ ਕਰਨ ਨਾਲ ਉਹ ਥਕਾਵਟ ਚ ਕਈ ਟ੍ਰੇਨ ਆਈ ਨਹੀਂ ਆਈ ਇਦਾਂ ਕਰਦੇ ਇਹ ਇੱਕ ਜੇ ਫਲੈਟ ਹੋ ਗਈ ਨਾ ਲੇਟ ਫਲੈਟ ਅੱਧਾ ਘੰਟਾ ਲੇਟ ਹੋ ਜੂਗੀ 15 ਮਿੰਟ ਹੋ ਜੂਗੀ ਪਰ ਜਿਹੜਾ ਟ੍ਰੇਨ ਵਾਲਾ ਕੰਮ ਆ ਨਾ ਉਹ ਬਹੁਤ ਲੇਟ ਹੋ ਉਹ ਤੇ 2-3 ਘੰਟੇ ਟ੍ਰੇਨ ਲੇਟ ਹੁੰਦੀ ਆ ਇਹ ਹੀ ਬਸ ਤੁਹਾਨੂੰ ਦੱਸਣਾ ਸੀ ਤੇ ਬਾਕੀ ਹੋਰ ਤੇ ਮੈਨੂੰ ਲੱਗਦਾ ਵਾ ਵੀ ਕਿਸੇ ਨੇ ਕੁਛ ਨਹੀਂ ਪੁੱਛਿਆ ਹਾਂ ਪ੍ਰੋਸੈਸ ਤੇ ਇਹੀ ਆ ਬਾਕੀ ਉਹ 에ਅਰਪੋਰਟ ਤੇ ਕੀ ਹੁੰਦਾ ਉਹ ਤੁਸੀਂ ਵੇਖ ਲਿਓ ਬਾਕੀ ਜਿਹੜਾ 에ਅਰਪੋਰਟ ਆਦਮਪੁਰ ਆ ਨਾ ਹਾਂਜੀ ਹੁਣ ਜੇ ਕੇ ਨਾ रूल सेम ही जे तुम कोई मेटल की चीज कोई इलेक्ट्रॉनिक चीज जी खड़ते जो पूरी चेक करवानी पैनी बैगा चो कढ़ के मैं लगता इलेक्ट्रॉनिक तो वैसे भी थोड़ी खड़नी नहीं दिंदे है कि कोइन वगैरह नहीं खड़ सकते जे मान लो तुम अपने कैरी बैग से तुम रख दे जो 7 किलो का वा वो जे तुम कोई चीज़ रख दे जे ना मैटल की लोहे की सब तो उत्ते रखे हो क्योंकि उन्होंने वो कढ़वा के वेखनी आ तो जो मेन जो बैग हों ਉਹਦੇ ਵਿੱਚ ਤੇ ਇਦਾਂ ਦਾ ਕੁਝ ਰੱਖੋ ਹੀ ਨਾ ਭਾਵੇਂ ਕਢਾ ਕੇ ਉਹਨਾਂ ਨੇ ਉਹ ਵੀ ਵੇਖਣਾ ਹੀ ਹੁੰਦਾ ਵਾ ਕਿ ਕੱਢ ਕੇ ਦਿਖਾਓ ਵੀ ਤੁਸੀਂ ਵਿੱਚ ਕੀ ਰੱਖਿਆ ਆ ਬਸ ਤੇ ਇਹ ਆ ਵੀ ਤੁਹਾਨੂੰ ਇਹ ਉੱਥੇ ਧੱਕਾ ਮੁੱਕੀ ਵਾਲਾ ਕੰਮ ਨਹੀਂ ਜਾਂ ਜ਼ਿਆਦਾ ਜਾਣੇ ਨਹੀਂ ਵੇਖਣ ਨੂੰ ਮਿਲਣਗੇ ਤੁਸੀਂ ਈਜ਼ਲੀ ਬੜੀ ਸ਼ਾਂਤਮਈ ਤਰੀਕੇ ਨਾਲ ਤੁਹਾਡਾ ਸਾਰਾ ਕੁਝ ਹੋ ਜਾਣਾ ਤੇ ਜਦੋਂ ਅਸੀਂ ਇੱਥੇ ਲੈਂਡ ਹੋਏ ਹਾਂ ਇੱਥੇ ਵੀ ਬੜਾ ਹੀ ਸ਼ਾਂਤ ਕਿਉਂਕਿ ਇਹ ਵੀ ਹੁਣੇ ਚਾਲੂ ਹੋਇਆ ਤੇ ਬੜਾ ਸ਼ਾਂਤ ਜਿਹਾ ਮਾਹੌਲ ਹੀ ਚੁੱਪ ਕਰਕੇ ਵਲੌਗ ਵੇਖ ਲਿਆਉਣਾ ਬੈਗ ਫੜੇ ਤੇ ਚਲੋ ਜੀ ਤੇ ਬੜਾ ਵਧੀਆ ਲੱਗਾ ਬਾਕੀ ਇੱਥੇ ਆਪਾਂ ਹੁਣ ਗੁਰਦੁਆਰਾ ਸਾਹਿਬ ਜਾਣਾ ਆ ਤੇ ਜਿਹੜਾ ਆਪਾਂ ਟੀਵੀਆਂ 'ਚ ਵੇਖਦੇ ਹੀ ਉਹ ਸਾਹਮਣੇ ਵੇਖਣਾ ਤੇ ਬੜੀ ਖੁਸ਼ੀ ਹੁੰਦੀ ਆ ਤੇ ਬਾਕੀ ਚਲੋ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਜ਼ਰੂਰ ਅਮਨ ਹੁਣੀ ਤਾਂ ਜਾਂਦੇ ਰਹਿੰਦੇ ਅਮਨ ਹੁਣੀ ਮਤਲਬ ਭੂਆ ਜੀ ਹੁਣੀ ਤਾਂ ਇੱਦਾਂ ਜਾਂਦੇ ਆ ਕਿ ਜਿਸ ਤਰ੍ਹਾਂ ਆਪਾਂ ਪਿੰਡ ਵਾਲੇ ਗੁਰਦੁਆਰਾ ਸਾਹਿਬ 'ਚ ਜਾਂਦੇ ਹਾਂ ਵੀ ਮੱਥਾ ਟੇਕਣ ਰੋਜ਼ ਉਹ ਇੱਥੇ ਉਹ ਇਸ ਹਿਸਾਬ ਨਾਲ ਜਾਂਦੇ ਪਰ ਆਪਾਂ ਇੰਨੀ ਦੂਰੋਂ ਆਏ ਹੁੰਦੇ ਆਪਣੇ ਵਾਸਤੇ ਤਾਂ ਇੱਕ ਸਪੈਸ਼ਲ ਜਿਹੀ ਚੀਜ਼ ਹੋ ਜਾਂਦੀ ਹੈ ਨਾ ਇੱਕ ਸਪੈਸ਼ਲ ਮੂਮੈਂਟ ਹੋ ਜਾਂਦੀ ਆ ਤੇ ਬਾਕੀ ਜਾਵਾਂਗੇ ਤੇ ਚਲੋ ਕੋਈ ਹੋਰ ਕੁਐਸਚਨ ਹੋਊਗਾ ਤਾਂ ਪੁੱਛ ਲਿਓ ਕੋਈ ਗੱਲ ਨਹੀਂ ਉਹ ਵੀ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਦੱਸ ਦਾਂਗੇ ਜਿੰਨਾ ਕੁ ਪ੍ਰੋਸੈਸ ਹੈਗਾ ਸੀ ਸਾਰਾ ਆਪਾਂ ਤੁਹਾਨੂੰ ਮਤਲਬ ਕਲੀਅਰਲੀ ਦੱਸ ਦਿੱਤਾ ਵਾ ਬਾਕੀ ਮੇਕ ਮਾਈ ਟ੍ਰਿਪ ਤੋਂ ਇਹ ਜ਼ਰੂਰ ਵੇਖ ਲਿਆ ਕਰੋ ਕਿ ਟਿਕਟ ਕਿੰਨੇ ਦੀ ਹੈ ਜਿੰਨਾ ਜਿੰਨਾ ਨੇ ਆਉਣਾ ਵਾ ਅਤੇ ਟ੍ਰੇਨ 'ਚ ਯਾਰ ਕਿਉਂ ਆਉਣਾ ਆ ਟ੍ਰੇਨ 'ਚ ਬਹੁਤ ਬੰਦਾ ਖਰਾਬ ਹੁੰਦਾ ਆ ਬਾਕੀ ਬੱਚੇ ਵੀ ਲੈ ਕੇ ਆ ਸਕਦੇ ਬੱਚਿਆਂ ਨੂੰ ਵੀ ਤੁਸੀਂ ਲੈ ਕੇ ਆ ਸਕਦੇ ਜੇ ਨਾਲ ਕਿੱਡੀ ਕੋਈ ਗੱਲ ਨਹੀਂ ਹੈਗੀ ਸਾਡੇ ਨਾਲ ਜਦੋਂ ਆਏ ਹਾਂ ਅਸੀਂ ਮਤਲਬ ਬਹੁਤ ਸੰਗਤਾਂ ਸੀ ਜ਼ਿਆਦਾਤਰ ਸਾਰੇ ਹਜ਼ੂਰ ਸਾਹਿਬ ਹੀ ਉਤਰੇ ਸੀ ਅਤੇ ਚਲੋ ਠੀਕ ਆ ਮੇਰੇ ਖਿਆਲ ਨਾਲ ਹੁਣ ਹੋਰ ਕੁਛ ਰਹਿਆ ਤਾਂ ਗਿਆ ਨਹੀਂ ਹੈ ਸਾਰਾ ਕੁਝ ਆਲਮੋਸਟ ਮੈਂ ਬੋਲ ਹੀ ਦਿੱਤਾ ਵਾ ਬਾਕੀ ਜਿਹੜਾ ਤੁਸੀਂ ਹੈਂਡ ਬੈਗ ਪਾਇਆ ਨਾ ਉਹ ਵੀ ਤੁਹਾਡਾ ਚੈੱਕ ਹੋਣਾ ਜੀ ਠੀਕ ਆ ਮਤਲਬ ਉਹਦੇ ਵਿੱਚ ਤੁਸੀਂ ਮੈਂ ਤਾਂ ਵੈਸੇ ਰੱਖੀ ਸੀ ਲਿਪਸਟਿਕ ਵਗੈਰਾ ਜੇ ਮਾੜੀ ਮੋਟੀ ਕਰੀਮ ਕਰੂਮ ਰੱਖਣੀ ਆ ਤਾਂ ਉਹ ਵੀ ਤੁਸੀਂ ਰੱਖ ਸਕਦੇ ਕਿਉਂਕਿ ਉਹ ਸਿਰਫ ਇਲੈਕਟ੍ਰੋਨਿਕ ਚੀਜ਼ਾਂ ਹੀ ਕਢਾਉਂਦੇ ਉਹਦੇ ਵਿੱਚ ਹੋਰ ਕੁਛ ਨਹੀਂ ਕਢਾਉਂਦੇ ਮੈਨੂੰ ਕਹਿੰਦੇ ਜੇ ਇਲੈਕਟ੍ਰੋਨਿਕ ਹੈਗੀਆਂ ਕੱਢ ਦਿਉ ਕਿਉਂਕਿ ਉਹਦੇ ਵਿੱਚ ਮੈਂ ਰਬਰ ਬੈਂਡ ਵਗੈਰਾ ਲਿਪਸਟਿਕ ਲਿਪਸਟਿਕ ਰੱਖੀ ਸੀ ਐਡਾ ਕੋਈ ਮਸਲਾ ਨਹੀਂ ਹੈਗਾ ਅਤੇ ਚਲੋ ਠੀਕ ਹੈ ਫਿਰ ਸਾਰਿਆਂ ਸਤਿ ਸ਼੍ਰੀ ਅਕਾਲ ਬਾਏ ਬਾਏ।